ਮਿਹਰ ਕਰੀ ਸੱਚੇ ਪਾਤਸ਼ਾਹ ਮਿਹਰ ਕਰੀ। ਉਹ ਦੀਪਕ ਜੀ ਤੁਸੀਂ ਵੀ ਇੱਥੇ ਕੈਮਰਾ ਲੈ ਕੇ ਪਹੁੰਚ ਗਏ, ਚਲੋ ਕੋਈ ਗੱਲ ਨਹੀਂ ਜੇ ਪਹੁੰਚ ਹੀ ਗਏ ਤਾਂ ਫਿਰ ਮੈਂ ਦਰਸ਼ਕਾਂ ਨੂੰ ਦੱਸ ਹੀ ਦੇਵਾਂ ਕਿ ਅੱਜ ਅਸੀਂ ਗੁਰਦੁਆਰੇ ਆਏ ਸੀਗੇ, ਇੱਕ ਫੰਕਸ਼ਨ ਸੀਗਾ ਅਟੈਂਡ ਕਰਨ ਆਏ ਸੀਗੇ, ਵਿਆਹ ਸੀਗਾ, ਅਤੇ ਤਾਂ ਕਰਕੇ ਅੱਜ ਆਹ ਡਰੈਸ ਜਿਹੜੀ ਆ ਪਾਈ ਹੋਈ ਹੈ। ਔਰ ਤੁਹਾਨੂੰ ਪਤਾ ਸਾਡੇ ਹੱਥ ਦੇ ਵਿੱਚ ਜਸ ਪੰਜਾਬੀ ਦਾ ਮਾਈਕ ਤਾਂ 24 ਘੰਟੇ ਰਹਿੰਦਾ। ਜਦ ਮੈਂ ਇੱਥੇ ਪਹੁੰਚਿਆ ਤਾਂ ਮੈਨੂੰ ਲੋਕਾਂ ਨੇ ਕਿਹਾ ਜਿਹੜੇ ਵਿਆਹ ਦੇ ਵਿੱਚ ਸੀਗੇ, ਕਹਿੰਦੇ ਤੁਸੀਂ ਹਿਕਸਵਿਲ ਆਇਓ, ਗੁਰਦੁਆਰਾ ਤਾਂ ਤੁਸੀਂ ਮੱਥਾ ਟੇਕ ਲਿਆ, ਵਿਆਹ ਵੀ ਤੁਸੀਂ ਅਟੈਂਡ ਕਰ ਲਿਆ, ਲੇਕਿਨ ਮਿੰਨੀ ਚੱਡਾ ਦੇ ਸ਼ੋਰੂਮ ਜ਼ਰੂਰ ਜਾਇਓ। ਮੈਂ ਕਿਹਾ ਮਿੰਨੀ ਚੱਡਾ? ਮੈਂ ਕਿਹਾ ਨਾ ਤਾਂ ਮੈਂ ਸੁਣਿਆ ਮਿੰਨੀ ਚੱਡਾ ਬਹੁਤ ਹਿਕਸਵਿਲ ਦੇ ਵਿੱਚ, ਲੇਕਿਨ ਆਖਿਰਕਾਰ ਮਿੰਨੀ ਚੱਡਾ ਹੈ ਕੌਣ? ਫਿਰ ਮੇਰੇ ਦਿਮਾਗ 'ਚ ਆਇਆ ਚਲੋ ਮਿੰਨੀ ਚੱਡਾ ਦੇ ਸ਼ੋਰੂਮ ਚੱਲਦੇ ਹਾਂ, ਵੇਖ ਕੇ ਆਉਂਦੇ ਹਾਂ ਕਿ ਮਿੰਨੀ ਚੱਡਾ ਆਖਿਰਕਾਰ ਕੰਮ ਕੀ ਕਰਦੀ ਹੈ ਔਰ ਕੀ ਕੁਝ ਲੋਕਾਂ ਦੇ ਲਈ ਔਰ ਕੀ ਕੁਝ ਕਾਮੇਡੀ ਦੇ ਲਈ ਉਹ ਕੰਮ ਕਰ ਰਹੀ ਹੈ। ਲੇਕਿਨ ਫਿਰ ਮੈਨੂੰ ਦਿਮਾਗ ਦੇ ਵਿੱਚ ਇਹ ਵੀ ਆਇਆ ਕਿ ਚੱਲ ਯਾਰ ਕਰ ਲਈਏ ਫਿਰ ਆਪਣਾ ਹਰਮਨ ਪਿਆਰਾ ਸ਼ੋਅ, ਬਿਜ਼ਨਸ ਆਫ ਦਾ ਵੀਕ ਔਰ ਵੂਮੈਨ ਐਂਟਰਪ੍ਰੀਨੋਰ ਮਿੰਨੀ ਚੱਡਾ ਹਿਕਸਵਿਲ ਦੇ ਵਿੱਚ ਕੀ ਕੁਝ ਲੋਕਾਂ ਲਈ ਕਰ ਰਹੀ ਹੈ ਔਰ ਕੀ ਕੁਝ ਕਰ ਰਹੀ ਹੈ ਆਪਣੀ ਪੰਜਾਬੀ ਕਮਿਊਨਿਟੀ ਲਈ, ਜਾਣਨ ਦੀ ਕੋਸ਼ਿਸ਼ ਕਰਾਂਗੇ। ਢੁੰਡਦੇ ਹਾਂ ਮਿੰਨੀ ਚੱਡਾ ਦਾ ਸ਼ੋਰੂਮ ਔਰ ਖੁਦ ਆਪ ਮਿੰਨੀ ਚੱਡਾ ਨੂੰ। ਆਓ ਚੱਲੀਏ ਮਿੰਨੀ ਚੱਡਾ ਨੂੰ ਢੁੰਡਣ। ਉਹ ਯਾਰ ਹੁਣ ਕਿੱਥੇ ਲੱਭੀਏ ਮਿੰਨੀ ਚੱਡਾ ਦਾ ਸ਼ੋਰੂਮ, ਕਿੱਥੇ ਹੈਗਾ ਇਹ ਜਗ੍ਹਾ, ਸਮਝ ਨਹੀਂ ਆ ਰਹੀ ਕਿੱਥੇ ਜਾਈਏ। ਓਹੋ ਕਿਹਨੂੰ ਪੁੱਛੀਏ, ਕੋਈ ਨਜ਼ਰ ਵੀ ਨਹੀਂ ਆ ਰਿਹਾ। ਉਹ ਲੱਗਦਾ ਉੱਥੇ ਕੋਈ ਬੀਬੀ ਬੈਠੀ ਹੈ, ਉੱਥੇ ਬੈਠੀ ਬੀਬੀ, ਬੀਬੀ ਨੂੰ ਪੁੱਛਦਾ ਜਾ ਕੇ ਕਿ ਆਖਿਰਕਾਰ ਕਿੱਥੇ ਮਿੰਨੀ ਚੱਡਾ ਦਾ ਸ਼ੋਰੂਮ। ਆਓ ਦੀਪਕ ਜੀ ਚੱਲਦੇ ਹਾਂ ਉਹਨਾਂ ਦੇ ਕੋਲ ਹੀ, ਪੁੱਛਦੇ ਹਾਂ ਕਿੱਥੇ ਮਿੰਨੀ ਚੱਡਾ ਦਾ ਸ਼ੋਰੂਮ। ਆਓ ਚੱਲੀਏ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਂ ਹਰਕੀਰਤ ਸਿੰਘ ਆਲੂਵਾਲੇ, ਮੈਂ ਜਸ ਪੰਜਾਬੀ ਚੈਨਲ ਤਾਂ ਤੁਸੀਂ ਵੇਖਿਆ ਹੀ ਹੋਣਾ, ਚਲੋ ਨਹੀਂ ਵੀ ਵੇਖਿਆ, ਲੇਕਿਨ ਇਹ ਦੱਸੋ ਮਿੰਨੀ ਚੱਡਾ ਦਾ ਸ਼ੋਰੂਮ ਕਿੱਥੇ ਹੈ? ਤੁਹਾਨੂੰ ਮਿੰਨੀ ਚੱਡਾ ਦਾ ਸ਼ੋਰੂਮ ਨਹੀਂ ਪਤਾ? ਤੁਸੀਂ ਹਿਕਸਵਿਲ ਚ ਆਏ ਹੋ, ਹਿਕਸਵਿਲ ਚ ਹਰ ਕਿਸੇ ਨੂੰ ਪਤਾ ਹੈ ਮਿੰਨੀ ਚੱਡਾ ਦਾ ਸ਼ੋਰੂਮ ਕਿੱਥੇ ਹੈ। ਅੱਛਾ ਜੀ, ਇੰਨਾ ਵਧੀਆ ਉਹਨਾਂ ਦਾ ਨਾਂ ਹੈਗਾ, ਕੀ ਕਰਦੀ ਮਿੰਨੀ ਚੱਡਾ ਜੀ? ਮੈਂ ਬੜਾ ਮਿੰਨੀ ਚੱਡਾ ਦਾ ਤਾਂ ਤੁਸੀਂ ਸਾਹਮਣੇ ਜਾਓਗੇ, ਰਾਈਟ ਹੈਂਡ ਸਾਈਡ ਤੇ ਸਟੋਰ ਆ, ਜਿਹਦੇ ਬਾਹਰ ਸੋਹਣੇ ਸੋਹਣੇ ਕੱਪੜੇ ਟੰਗੇ ਆ ਔਰ ਸ਼ਗਨਾਂ ਦਾ ਸਮਾਨ ਆ, ਵਿਆਹ ਦਾ ਸਮਾਨ ਪਿਆ ਸਾਰਾ, ਤੁਹਾਨੂੰ ਦੇਖ ਕੇ ਆਪਣੇ ਆਪ ਪਤਾ ਚੱਲ ਜਾਏਗਾ। ਅੱਛਾ ਜੀ, ਇੰਨੇ ਇੰਨੀ ਇੰਨੀ ਬਾਤਚੀਤ ਮਿੰਨੀ ਚੱਡਾ ਦੀ? ਹਾਂਜੀ, ਗੁਰਦੁਆਰਾ ਦੇ ਕੋਲ ਸਟੋਰ ਆ ਉਹਨਾਂ ਦਾ ਤੇ ਸਭ ਨੂੰ ਪਤਾ ਇੱਥੇ ਏਰੀਆ ਜੀ। ਲੈ ਜੀ, ਮੈਨੂੰ ਨਹੀਂ ਪਤਾ ਔਰ ਸਾਡੇ ਕੈਮਰੇ 'ਚ ਮਿੰਨੀ ਚੱਡਾ ਦੀ ਜਿਹੜੇ ਕੰਮ ਹੈ ਉਹ ਕੈਦ ਨਹੀਂ ਹੋਇਆ ਔਰ ਉਹ ਵੀ ਜਸ ਪੰਜਾਬੀ ਦੇ ਉੱਤੇ। ਚਲੋ ਫਿਰ ਚੱਲੀਏ ਮਿੰਨੀ ਚੱਡਾ ਨੂੰ ਵੇਖ ਕੇ ਆਉਂਦੇ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਦੱਸਿਆ, ਚਲੋ ਲੱਭੀਏ ਮਿੰਨੀ ਚੱਡਾ ਨੂੰ। ਹਾਏ ਆਖੀ ਪੰਗਾ ਪੈ ਗਿਆ, ਮਿੰਨੀ ਜੀ ਦਾ ਸ਼ੋਰੂਮ ਮਿਲ ਨਹੀਂ ਰਿਹਾ, ਦੂਜਾ ਹਰਕੀਰਤ ਪਤਾ ਨਹੀਂ ਕਿੱਥੇ ਚਲ ਗਿਆ। ਹਰਕੀਰਤ ਕਿੱਥੇ ਨਹੀਂ ਗਿਆ, ਆ ਖੜਿਆ ਹਰਕੀਰਤ ਲੱਭਦਾ ਫਿਰਦਾ ਸੀ ਮਿੰਨੀ ਚੱਡਾ ਦਾ ਸ਼ੋਰੂਮ, ਹੁਣ ਚੱਲ ਗਿਆ। ਇੱਕ ਬੀਬੀ ਨੇ ਦੱਸਿਆ ਮੈਨੂੰ ਕਿ ਆ ਸਿੱਧਾ ਜਾ ਕੇ ਬਸ ਰਾਈਟ ਮਾਰਨਾ, ਮਿੰਨੀ ਚੱਡਾ ਦਾ ਸ਼ੋਰੂਮ ਉੱਥੇ ਹੀ ਆ। ਆ ਚੱਲੀਏ, ਤੇਰੀ ਵੀ ਬੁਕਿੰਗ ਕਰਾ ਕੇ ਆਈਏ ਢੋਲ ਦੀ, ਵਧੀਆ ਪਹਿਲਾਂ ਬਜਾ ਕੇ ਦਿਖਾ ਦੇ ਮੈਨੂੰ ਵੀਰ ਬਣ ਕੇ। ਚਲੋ ਇੱਕ ਮੌਕਾ ਤਾਂ ਬਣਾ ਦਈਏ, ਇਹਨਾਂ ਵਧੀਆ ਮੌਸਮ ਹੋਇਆ, ਬਾ ਕਮਾਲ। 1 2 3 ਗੋ। ਮੈਨੂੰ ਲੱਗਦਾ ਪਾਸ ਹੋ ਜਾਏਗਾ, ਮਿੰਨੀ ਚੱਡਾ ਵੀ ਤੈਨੂੰ ਪਾਸ ਕਰ ਦੇਗਾ। ਆਓ ਚੱਲੀਏ। ਚਲੋ ਹਾਂਜੀ ਪ੍ਰੀਤ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਅੱਛਾ ਪ੍ਰੀਤ ਜੀ, ਮੈਂ ਤੁਹਾਡਾ ਸਾਰਾ ਸਮਾਨ ਪੈਕ ਕਰ ਦਿੱਤਾ। ਇੰਦਰਾ, ਇਹ ਤੁਸੀਂ ਭੇਜਣਾ ਹੈਗਾ ਇਹਨੂੰ ਯਾਦ ਨਾਲ। ਓਕੇ ਪ੍ਰੀਤ ਜੀ, ਉਹ ਮੈਂ ਸਾਰਾ ਸਮਾਨ ਤੁਹਾਡਾ ਪੈਕ ਕਰਤਾ, ਲਾਈਕ ਡੱਬੇ, ਪਾਊਚਿਸ, ਵਿਆਹ ਦੀ ਕੜੋਲੀ ਜਿਹੜੀ ਹੈ ਔਰ ਮਿਲਣੀ ਦੇ ਹਾਰ, ਸ਼ਗਨ ਦੀ ਥਾਲ, ਮੈਂ ਸਾਰਾ ਪੈਕ ਕਰ ਲਿੱਤਾ। ਤੁਸੀਂ ਚਿੰਤਾ ਨਾ ਕਰੋ, ਕੋਈ ਚੀਜ਼ ਤੁਹਾਡੀ ਰਹੇਗੀ ਨਹੀਂ। ਇੱਕ ਵਾਰੀ ਫਿਰ ਵੀ ਜਦੋਂ ਮੈਂ ਭੇਜਣ ਤੋਂ ਪਹਿਲੇ ਇੱਕ ਵਾਰੀ ਫਿਰ ਵੀ ਤੁਹਾਡੇ ਨਾਲ ਫੋਲੋ ਅਪ ਕਰ ਲਾਂਗੀ ਕਿ ਇਹ ਚੀਜ਼ਾਂ ਤੁਸੀਂ ਜਸ ਪੰਜਾਬੀ ਵਾਲੇ ਆਏ ਨੇ। ਓ ਅੱਛਾ, ਪ੍ਰੀਤ ਜੀ ਮੈਂ ਤੁਹਾਨੂੰ ਥੋੜ੍ਹੀ ਦੇਰ ਬਾਅਦ ਕਾਲ ਕਰਦੀ ਹਾਂ। ਜਸ ਪੰਜਾਬੀ ਵਾਲੇ ਆਏ ਨੇ, ਮੈਂ ਐਡ ਪਵਾਉਣੀ ਸੀ ਨਾ, ਬਿਜ਼ਨਸ ਆਫ ਦਾ ਵੀਕ ਮੈਂ ਐਡ ਪਵਾਉਣੀ ਸੀ ਅਤੇ ਉਹ ਆਏ ਹੋਏ ਨੇ, ਅਤੇ ਮੈਂ ਤੁਹਾਨੂੰ ਥੋੜ੍ਹੀ ਦੇਰ ਬਾਅਦ ਕਾਲ ਕਰਦੀ ਹਾਂ। ਉਹ ਲਾ ਵੀ ਬਾ ਕਮਾਲ, ਰੰਗ ਬਿਰੰਗੀਆਂ ਛਤਰੀਆਂ, ਬੱਲੇ ਬੱਲੇ ਮਾ ਨਜ਼ਾਰਾ ਆ ਗਿਆ ਯਾਰ। ਆਹ ਤਾਂ ਸਾਰਾ ਸਮਾਨ ਰੱਖਿਆ ਹੋਇਆ ਮਿੰਨੀ ਨੇ। ਲਓ ਜੀ, ਪਹੁੰਚ ਹੀ ਗਏ ਹਾਂ ਆਖਿਰਕਾਰ ਮਿੰਨੀ ਚੱਡਾ ਦੇ ਸ਼ੋਰੂਮ। ਓ ਸਤਿ ਸ਼੍ਰੀ ਅਕਾਲ ਮਿੰਨੀ ਜੀ, ਸਤਿ ਸ਼੍ਰੀ ਅਕਾਲ, ਤੁਹਾਨੂੰ ਲੱਭ ਲੱਭ ਪਰੇਸ਼ਾਨ ਹੋ ਗਏ, ਅੱਜ ਤੁਹਾਡੇ ਦਰਸ਼ਨ ਦੀਦਾਰ ਹੋ ਗਏ, ਮਜ਼ਾ ਆ ਗਿਆ।
ਬੜਾ ਨਾਂ ਤੁਹਾਡਾ ਸੁਣਿਆ, ਅੱਜ ਪਹਿਲੀ ਵਾਰ ਤੁਹਾਡੇ ਨਾਲ ਮੁਲਾਕਾਤ ਹੋ ਰਹੀ ਹੈ, ਤੁਹਾਡੇ ਸ਼ੋਰੂਮ ਪਹੁੰਚਿਆ। ਆਹ ਮੇਰਾ ਦੋਸਤ ਹੈ ਰੋਇਲ, ਇਹ ਵੀ ਤੁਹਾਨੂੰ ਲੱਭਦਾ ਪਿਆ ਸੀਗਾ ਅਤੇ ਆਪਾਂ ਦੋਨਾਂ ਨੇ ਇਕੱਠੇ ਪਲਾਨ ਬਣਾਇਆ ਕਿ ਚਲੋ ਮਿੰਨੀ ਚੱਡਾ ਜੀ ਨੂੰ ਮਿਲ ਕੇ ਆਈਏ। ਬੜਾ ਬਾ ਕਮਾਲ ਸ਼ੋਰੂਮ ਬਣਾਇਆ ਹੋਇਆ, ਤੁਸੀਂ ਮਜ਼ਾ ਆ ਕੇ ਨਜ਼ਾਰੇ ਆ ਗਏ। ਅੱਛਾ ਇਹ ਤੁਹਾਡੇ ਕੋਲ ਆਇਆ ਸੀ, ਇਹਨੇ ਕਿੱਥੇ ਜਾਣਾ, ਇਹਦੀ ਬੁਕਿੰਗ ਹੈਗੀ ਹੈ? ਇਹ ਤੁਹਾਡੇ ਕੋਲ ਆਇਆ ਸੀ ਕਹਿਣ ਕਿ ਇਹਨੂੰ ਨਾ ਕਿੱਥੇ ਬੁਕਿੰਗ ਕਰਵਾ ਦਿਆ ਕਰੋ, ਇਹਦੀ ਵੀ ਇਹ ਮੁੰਡਾ ਵੀ ਬਹੁਤ ਹੀ ਸੋਹਣਾ ਢੋਲ ਵਜਾਉਂਦਾ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਫਸਟ ਆਫ ਆਲ ਤੁਸੀਂ ਆਏ ਸਾਡੇ ਹਰਕ੍ਰਿਸ਼ਨ ਜੀ ਐਂਡ ਦੀਪਕ ਜੀ, ਤੁਸੀਂ ਆਏ, ਥੈਂਕ ਯੂ ਸੋ ਮੱਚ, ਔਰ ਅਸੀਂ ਜ਼ਰੂਰ ਹੈਲਪ ਕਰਾਂਗੇ ਇਹਨਾਂ ਦੀ। ਚਲੋ ਠੀਕ ਹੈ ਰੋਇਲ, ਫਿਰ ਹੈ ਰੋਇਲ ਤੂੰ ਨਿਕਲ, ਮੈਂ ਥੋੜ੍ਹਾ ਜਿਹਾ ਜ਼ਰਾ ਹੈ ਨਾ ਫਿਰ ਕਰ ਲਾਂ ਦਰਸ਼ਕਾਂ ਨੂੰ, ਦਿਖਾ ਦਾਂ ਆਪਣੇ ਜਸ ਪੰਜਾਬੀ ਵਾਲਿਆਂ ਨੂੰ ਕਿ ਆਖਿਰਕਾਰ ਮਿੰਨੀ ਚੱਡਾ ਕਰ ਕੀ ਰਹੀ ਹੈ ਔਰ ਸੈਲ ਕੀ ਕਰ ਰਹੀ ਹੈ, ਔਰ ਤੂੰ ਵੇਖ ਹੀ ਪਾ ਰਹੇ ਕਿੰਨਾ ਬਾ ਕਮਾਲ ਸ਼ੋਰੂਮ ਹੈ। ਠੀਕ ਹੈ, ਟੈਨਸ਼ਨ ਨਾ ਲੈ, ਹੁਣ ਤੇਰੀ ਬੁਕਿੰਗ ਹੋਏਗੀ, ਚੜ੍ਹਦੀ ਕਲਾ ਜਿਹੜਾ ਢੋਲ ਵਜਾ ਕੇ ਦਿਖਾ ਦੇ ਮੇਰੇ ਦਰਸ਼ਕਾਂ ਨੂੰ, ਇੱਕ ਵਾਰੀ ਵਜਾ ਦੇ। ਕਿਆ ਬਾਤ ਹੈ, ਕਿਆ ਹੈ, ਓਏ ਹੋਏ। ਚਲ ਚੰਗਾ ਫਿਰ ਰੋਇਲ, ਮਿਲਦੇ ਆਪਾਂ, ਹੈ ਉਹ ਸ਼ਾਮ ਨੂੰ ਵਿਆਹ 'ਚ ਨੌਨ ਵੇਜ ਖਾ ਲਈ ਥੋੜ੍ਹਾ ਜਾ ਕੇ, ਹੈ ਮੇਰੀ ਤਰਫੋਂ ਵੀ ਖਾ ਲਈ, ਹੈ ਓਕੇ। ਉਹ ਲਓ ਜੀ ਸਰਦਾਰ ਜੀ, ਤੁਸੀਂ ਜਮਾ ਹੀ ਤਿਆਰ ਹੋ ਗਏ, ਮੁੱਛਾਂ ਕੁੰਡੀਆਂ ਅਤੇ ਤੁਰਲੇ ਵਾਲੀ ਪੱਗ ਵੇ, ਇੱਥੇ ਆ ਕੇ ਫੀਲ ਆ ਰਹੀ ਹੈ ਪੂਰੇ ਲਾੜੇ ਦੀ। ਕਿਆ ਬਾਤ ਹੈ, ਕਿਆ ਬਾਤ ਹੈ, ਕਿੰਨਾ ਵਧੀਆ ਸੋਹਣਾ ਹਾਰ ਹੈਗਾ। ਹਾਂਜੀ, ਸਤਿ ਸ਼੍ਰੀ ਅਕਾਲ ਮਿੱਤਰੋ, ਮੈਂ ਤੁਹਾਡਾ ਹੋਸਟ ਦੋਸਤ ਹਰਕੀਰਤ ਸਿੰਘ ਆਲੂਵਾਲੀਆ। ਜਿਵੇਂ ਕਿ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਅਸੀਂ ਪਹੁੰਚੇ ਹੋਏ ਹਾਂ ਅੱਜ ਮਿੰਨੀ ਚੱਡਾ ਦੇ ਸ਼ੋਰੂਮ ਦੇ ਵਿੱਚ, ਔਰ ਮੇਰੀ ਮੁਲਾਕਾਤ ਹੋਈ ਹੈ ਜੇ ਮਿੰਨੀ ਚੱਡਾ ਦੇ ਨਾਲ। ਲੇਕਿਨ ਮਿੰਨੀ ਚੱਡਾ ਕਰਦੀ ਕੀ ਹੈ? ਬਿਜ਼ਨਸ ਆਫ ਦਾ ਵੀਕ, ਉਹੀ ਪ੍ਰੋਗਰਾਮ, ਉਹੀ ਤੁਹਾਡਾ ਸੋਹਣਾ ਹਰਮਨ ਪਿਆਰਾ ਪ੍ਰੋਗਰਾਮ, ਜਿਹਦੇ ਵਿੱਚ ਅਸੀਂ ਦਰਸਾਉਣ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਐਂਟਰਪ੍ਰੀਨਿਓਰਸ ਦੀ, ਉਹਨਾਂ ਬਿਜ਼ਨਸਮੈਨ ਦੀ ਸਕਸੈਸਫੁਲ ਸਟੋਰੀ, ਕਿਸ ਤਰੀਕੇ ਨਾਲ ਉਹਨਾਂ ਨੇ ਇਹ ਸਕਸੈਸ ਨੂੰ ਹਾਸਿਲ ਕੀਤਾ ਔਰ ਕੀ ਕੁਝ ਕਰ ਰਹੇ ਨੇ ਉਹ ਪੰਜਾਬੀ ਕਮਿਊਨਿਟੀ ਦੇ ਲਈ, ਯਾਨੀ ਕਿ ਤੁਹਾਡੇ ਲਈ ਉਹ ਕਿਸ ਤਰੀਕੇ ਨਾਲ ਸਰਵਿਸਿਜ਼ ਦੇ ਰਹੇ ਨੇ ਔਰ ਅਮਰੀਕਾ ਦੀ ਧਰਤੀ ਦੇ ਉੱਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਨਾਂ ਰੋਸ਼ਨ ਕੀਤਾ। ਸੋ ਚਲੋ ਆਓ ਰਾਬਤਾ ਕਾਇਮ ਕਰੀਏ ਮਿੰਨੀ ਦੇ ਨਾਲ ਔਰ ਜਾਣਨ ਦੀ ਕੋਸ਼ਿਸ਼ ਕਰਦੀ ਕਿ ਆਖਿਰਕਾਰ ਮਿੰਨੀ ਸਟੋਰ ਦੇ ਵਿੱਚ ਕੀ ਕੁਝ ਸਰਵਿਸਿਜ਼ ਦਿੰਦੀ ਹੈ ਔਰ ਕੀ ਹੈ ਉਹਨਾਂ ਦੀ ਸਕਸੈਸਫੁਲ ਸਟੋਰੀ। ਸੋ ਸਤਿ ਸ਼੍ਰੀ ਅਕਾਲ ਮਿੰਨੀ, ਸਭ ਤੋਂ ਪਹਿਲਾਂ ਤਾਂ ਸਾਡੇ ਜਸ ਪੰਜਾਬੀ ਦੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮੱਚ, ਤੁਸੀਂ ਜਿਹੜਾ ਸਾਡਾ ਪ੍ਰੋਗਰਾਮ ਦੇਖਦੇ ਪਏ ਹੋ, ਮੈਂ ਪਹਿਲੇ ਧੰਨਵਾਦ ਕਰਦੀ ਹਾਂ ਬਹੁਤ ਬਹੁਤ ਤੁਹਾਡਾ। ਮੈਨੂੰ ਇਸ ਬਿਜ਼ਨਸ ਵਿੱਚ 3 ਸਾਲ ਹੋ ਗਏ ਨੇ ਔਰ ਮੈਂ ਉਹ ਚੀਜ਼ਾਂ ਪੇਸ਼ ਕਰਦੀ ਹਾਂ ਜਿਹੜੀਆਂ ਕਿਸੇ ਕੋਲ ਨਹੀਂ ਹੁੰਦੀਆਂ। ਤੁਸੀਂ ਤੁਹਾਨੂੰ ਇੰਡੀਆ ਵੀ ਜਾਣ ਦੀ ਲੋੜ ਨਹੀਂ ਹੈਗੀ ਹੈ, ਸਾਰੀ ਜਿਸ ਤਰ੍ਹਾਂ ਵਿਆਹ ਦੀ ਅਸੈਸਰੀਜ਼ ਜਿਹੜੀਆਂ ਹੁੰਦੀਆਂ ਨੇ, ਵਿਆਹ ਦੇ ਮੁਤਾਬਿਕ ਤੁਹਾਨੂੰ ਚੀਜ਼ਾਂ ਚਾਹੀਦੀਆਂ ਨੇ, ਮਿੱਲੀ ਦੇ ਹਾਰ ਹੈ, ਸ਼ਗਨਾਂ ਦੀਆਂ ਥਾਲਾਂ ਨੇ। ਅਤੇ ਦੋਸਤੋ, ਘਰ ਦੇ ਵਿੱਚ ਜਦ ਵਿਆਹ ਆਉਂਦਾ ਤਾਂ ਬੜੀ ਸਾਨੂੰ ਉਮੀਦਾਂ ਹੁੰਦੀ ਹੈ ਕਿ ਅਸੀਂ ਸ਼ੋਪਿੰਗ ਕਰੀਏ, ਔਰ ਉਮੀਦਾਂ ਐਂ ਵੀ ਹੁੰਦੀਆਂ ਕਿ ਆਖਿਰਕਾਰ ਅਸੀਂ ਪਹਿਨਾਂਗੇ ਕੀ, ਲੇਕਿਨ ਸ਼ੌਂਕ ਆਪਣੇ ਆਪਣੇ ਨੇ। ਗੱਲ ਇੱਥੇ ਇਹ ਹੈਗੀ ਹੈ ਕਿ ਜਦ ਅਸੀਂ ਸਜਣਾ ਹੁੰਦਾ ਔਰ ਖਾਸ ਤੌਰ 'ਤੇ ਜਦ ਸਾਡੀ ਭੈਣਾਂ ਨੇ, ਸਾਡੀ ਮਾਤਾਵਾਂ ਨੇ ਔਰ ਸਾਡੀਆਂ ਮੁਟਿਆਰਾਂ ਨੇ ਸਜਣਾ ਹੁੰਦਾ ਅਤੇ ਉਹ ਫਿਰ ਢੁੰਡਦੀ ਹੈ ਕਿ ਅਸੀਂ ਕਿੱਥੇ ਸ਼ੋਪਿੰਗ ਕਰੀਏ। ਲੇਕਿਨ ਹੁਣ ਤੁਹਾਨੂੰ ਕਮਰਾ ਆਉਣ ਦੀ ਲੋੜ ਨਹੀਂ ਹੈਗੀ, ਤੁਹਾਨੂੰ ਇੱਕ ਹੀ ਛੱਤ ਦੇ ਅੰਦਰ ਸਭ ਕੁਝ ਮਿਲੂਗਾ। ਔਰ ਜੇ ਤੁਹਾਡੇ ਘਰ ਦੇ ਵਿੱਚ ਜਾਗੋ ਹੈ ਤਾਂ ਜਾਗੋ ਦੇ ਜਿਹੜੇ ਸਮਾਨ ਹੈ ਉਹ ਕਿੱਥੋਂ ਲਿਆਓਗੇ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਜਿਹੜਾ ਘਰ ਦੀ ਐਸੈਸਰੀਜ਼ ਹੈ ਵਿਆਹ ਦੇ ਵਿੱਚ, ਇੱਕ ਇੱਕ ਕਹਿੰਦੇ ਨਾ ਛੋਟੀ ਜਿਹੀ ਵੱਖਰੀ ਚੀਜ਼ ਵੀ ਚਾਹੀਦੀ ਹੈ, ਜਵੈਲਰੀ ਵੀ ਚਾਹੀਦੀ ਹੈ, ਜਾਗੋ ਦੇ ਲਈ ਸਾਨੂੰ ਮਟਕਾ ਵੀ ਚਾਹੀਦਾ, ਸਭ ਕੁਝ ਚਾਹੀਦਾ, ਕਿੱਥੋਂ ਲਿਆਵਾਂਗੇ? ਟੈਨਸ਼ਨ ਨਾ ਲਓ, ਰਾਬਤਾ ਕਾਇਮ ਕਰਾ ਰਹੇ ਹਾਂ। ਮਿੰਨੀ ਚੱਡਾ ਵੈਡਿੰਗ ਖਟੌੜ ਹਿਕਸਵੈਲ ਦੇ ਵਿੱਚ, ਬਹੁਤ ਹੀ ਬਾ ਕਮਾਲ ਸ਼ੋਰੂਮ, ਨਾਲ ਖੁਦ ਆਪ ਮੇਰੇ ਨਾਲ ਰਾਬਤਾ ਕਾਇਮ ਕੀਤਾ ਹੋਇਆ ਮਿੰਨੀ ਚੱਡਾ ਨੇ ਬੜੀ ਦੇਰ ਦਾ। ਅਤੇ ਮਿੰਨੀ ਚੱਡਾ, ਹੋਰ ਕੀ ਤੁਹਾਡੇ ਕੋਲ ਐਸੈਸਰੀਜ਼ ਹੈਗੀਆਂ? ਜਿਵੇਂ ਕਿ ਮੈਂ ਵੇਖ ਪਾ ਰਿਹਾ ਤੁਹਾਡੇ ਕੋਲ ਇੱਥੇ ਵੈਡਿੰਗ ਕਾਰਡਸ ਵੀ ਨੇ, ਇੱਥੇ ਤੁਹਾਡੇ ਕੋਲ ਜਿਹੜਾ ਪਾਊਚ ਵੀ ਹੈਗਾ ਉਹ ਵੀ ਤੁਸੀਂ ਦਿੰਦੇ ਹੋ, ਔਰ ਈਵਨ ਤੁਹਾਡੇ ਕੋਲ ਜਿਹੜੇ ਸ਼ਗਨਾਂ ਦੇ ਥਾਲ, ਈਵਨ ਮੈਂ ਦੇਖ ਪਾ ਰਿਹਾ ਕਿ ਹਰ ਤਿਉਹਾਰ ਦੇ ਵਿੱਚ ਜੋ ਸਮਾਨ ਚਾਹੀਦਾ ਹੁੰਦਾ ਤੁਸੀਂ ਸਭ ਕੁਝ ਰੱਖਿਆ ਹੋਇਆ ਇੱਥੇ। ਹਾਂਜੀ, ਸਾਡੇ ਕੋਲ ਵਿਆਹ ਦੇ ਬੋਕਸਿਸ ਵੀ ਹੁੰਦੇ ਹੈ, ਸਾਡੇ ਕੋਲ ਜੂਲਰੀ ਬੋਕਸਿਸ ਵੀ ਹੈ, ਸ਼ਗਨਾਂ ਦੀ ਥਾਲ ਵੀ ਹੈ, ਸ਼ਗਨਾਂ ਦੀ ਟ੍ਰੇਜ਼ ਵੀ ਹੈ, ਸ਼ਗਨਾਂ ਦੇ ਕਵਰਸ ਵੀ ਹੈ, ਜਾਗੋ ਦਾ ਸਮਾਨ ਵੀ ਹੈ, ਅਸੀਂ ਰੈਂਟ ਵੀ ਕਰਦੇ ਹਾਂ, ਵੇਚਦੇ ਵੀ ਹਾਂ, ਢੋਲਕੀ ਵੀ ਹੈ, ਤੁਸੀਂ ਲੈ ਸਕਦੇ ਹੋ। ਜਿਸ ਜੋ ਵੀ ਤੁਹਾਨੂੰ ਵਿਆਹ ਦੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ, ਤੁਹਾਨੂੰ ਇੰਡੀਆ ਕਾਲ ਕਰਨ ਦੀ ਲੋੜ ਨਹੀਂ ਹੈ, ਤੁਸੀਂ ਇੱਥੇ ਆਓ, ਤੁਹਾਨੂੰ ਸਾਰੀ ਸਰਵਿਸ ਅਸੀਂ ਦੇਵਾਂਗੇ। ਔਰ ਜੋ ਕੁਝ ਚਾਹੀਦਾ ਹੁੰਦਾ ਤੁਹਾਨੂੰ, ਲਾਈਕ ਜਿਸ ਤਰ੍ਹਾਂ ਛੋਟੀ ਤੋਂ ਛੋਟੀ ਚੀਜ਼ ਵੀ, ਸ਼ਿੰਗਾਰਦਾਨੀ ਹੈ, ਸੁਰਮੇਦਾਨੀ ਹੈ, ਕਵਾਰ ਧੋਤੀ ਦਾ ਸਮਾਨ ਹੈ, ਜੋ ਵੀ ਹੈ ਸਾਰਾ ਸਾਡੇ ਕੋਲ ਮਿਲਦਾ। ਵਾਹ ਜੀ ਵਾਹ, ਕਹਿੰਦੇ ਬਾਰੀ ਬਰਸੀ ਖੜਨ ਗਿਆ ਸੀ, ਖਟਕੇ ਲਿਆਂਦੀ ਦੇਸੀ ਘਿਓ ਦੀ ਪਿੰਨੀ।
ਕਮਾਲ ਮਚਾ ਗਈ ਮਿੰਨੀ ਹੈ, ਬਹੁਤ ਹੀ ਵਧੀਆ। ਅਤੇ ਹੁਣ ਗੱਲ ਇਹ ਆਉਂਦੀ ਹੈ ਕਿ ਜਦ ਤੁਸੀਂ ਧਮਾਲ ਮਚਾ ਹੀ ਦਿੱਤਾ ਅਤੇ ਕਦੀ ਕਦਾਰ ਪ੍ਰੋਬਲਮ ਆਉਂਦੀ ਹੈ ਕਿ ਸਾਨੂੰ ਕਿ ਅਸੀਂ ਇੰਡੀਆ ਫੋਨ ਕਰਦੇ ਹਾਂ, ਸਾਨੂੰ ਇਹ ਸਮਾਨ ਨਹੀਂ ਮਿਲ ਰਿਹਾ, ਬਹੁਤ ਹੀ ਛੋਟੀ ਛੋਟੀ ਜਿਵੇਂ ਚੀਜ਼ਾਂ ਹੁੰਦੀਆਂ, ਉਹ ਛੋਟੀ ਛੋਟੀ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਕੀ ਹੁੰਦੀਆਂ ਤੁਹਾਡੇ ਕੋਲ ਜਿਹੜੀ ਇਸ ਟਾਈਮ ਮੌਜੂਦ ਹੈਗੀਆਂ? ਸਾਡੇ ਕੋਲ ਜਿਸ ਤਰ੍ਹਾਂ ਮੁੰਡੇ ਦਾ ਸਿਹਰਾ ਹੈਗਾ, ਕੁੜੀ ਦੇ ਚੂੜਾ ਹੈ, ਕਲਗੀ ਹੈ, ਛੋਟੀ ਮੋਲੀਆਂ ਹੈ, ਘਰ ਲੋਕ ਬੰਦੇ ਨੇ, ਫੇਰੇ ਦੀ ਚੁੰਨੀਆਂ, ਸ਼ਗਨਾਂ ਦੀਆਂ ਥਾਲਾਂ, ਛੋਟੀ ਛੋਟੀ ਚੀਜ਼ ਸਾਰੀਆਂ ਸਾਡੇ ਕੋਲ ਮਿਲਦੀਆਂ ਨੇ। ਸਾਡੀ ਜਿਵੇਂ ਸਾਡੀ ਪੰਜਾਬੀਆਂ ਦੀ ਪਰੰਪਰਾ ਬਹੁਤ ਹੀ ਡਿਫਰੈਂਟ ਹੁੰਦੀ ਹੈ, ਅਤੇ ਪੰਜਾਬੀ ਦੀ ਜਿਹੜੀ ਕਾਮੇਡੀ ਦੇ ਨਾਲ ਨਾਲ ਤੁਹਾਡੇ ਕੋਲ ਜਿਹੜੇ ਹੋਰ ਸਾਡੇ ਜਿਹੜੇ ਭਾਈਚਾਰੇ ਦੇ ਲੋਕ ਨੇ ਉਹਨਾਂ ਦੀ ਵੀ ਸਮੱਗਰੀਆਂ ਤੁਹਾਡੇ ਕੋਲ ਹੈਗੀਆਂ? ਹਾਂਜੀ ਹਾਂਜੀ, ਸਾਰੀ ਅਸੀਂ ਰੱਖਦੇ ਹਾਂ। ਜਿਸ ਤਰ੍ਹਾਂ ਕੋਈ ਸਾਨੂੰ ਕਹਿੰਦੇ ਨੇ ਕਿ ਸਾਨੂੰ ਇਹ ਚੀਜ਼ ਚਾਹੀਦੀ ਹੈ, ਅਗਰ ਸਾਡੇ ਕੋਲ ਨਹੀਂ ਵੀ ਹੁੰਦੀ ਤਾਂ ਅਸੀਂ ਮੰਗਵਾ ਵੀ ਦਿੰਦੇ ਹਾਂ, ਟਾਈਮ 'ਤੇ ਮੰਗਵਾ ਵੀ ਦਿੰਦੇ ਹਾਂ। ਅਤੇ ਮੈਂ ਇੱਥੇ ਵੇਖ ਪਾ ਰਿਹਾ ਤੁਹਾਡੇ ਕੋਲ ਜਵੈਲਰੀ ਵੀ, ਬਾ ਕਮਾਲ ਜਵੈਲਰੀ ਵੀ ਹੈਗੀ ਹੈ, ਔਰ ਐਥਨਿਕ ਤੁਹਾਡੇ ਕੋਲ ਵੀਅਰ ਵੀ ਹੈਗਾ, ਅਤੇ ਠੀਕ ਤੁਸੀਂ ਮੇਰੇ ਪਿੱਛੇ ਇਸ ਟਾਈਮ ਵੇਖ ਸਕਦੇ ਹੋ ਕਿ ਇੱਥੇ ਮੈਨਸ ਵੀਅਰ ਵੀ ਹੈਗਾ, ਕਿ ਜੇਕਰ ਤੁਸੀਂ ਸਿੱਧਾ ਆਓ, ਇਹ ਕੱਪੜੇ ਪਾਓ, ਔਰ ਮੁਟਿਆਰ ਦੇ ਨਾਲ ਜਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਸਗਨ ਪਾ ਕੇ, ਚਾਰ ਲਾਵਾਂ ਲਾ ਕੇ, ਬਾ ਕਮਾਲ ਸੂਟ ਪਾ ਕੇ ਜਾ ਵੀ ਸਕਦੇ ਹੋ, ਨਾਲ ਹੀ ਗੁਰਦੁਆਰਾ ਵੈਸੇ ਹੈ ਮਿੰਨੀ। ਅੱਛਾ, ਸਭ ਤੋਂ ਬੈਸਟ ਗੱਲ ਤੁਹਾਡੇ ਇਸ ਆਊਟਲੈਟ ਦੀ ਇਹ ਮੈਨੂੰ ਲੱਗੀ ਕਿ ਨਾਲ ਹੀ ਗੁਰਦੁਆਰਾ ਸਾਹਿਬ ਹੈ, ਅਤੇ ਜਿਹੜੀ ਉੱਥੇ ਸੰਗਤ ਦਰਸ਼ਨ ਕਰਨ ਆਉਂਦੀ ਹੋਏਗੀ ਜ਼ਰੂਰ ਤੁਹਾਡੇ ਆਊਟਲੈਟ ਵੀ ਆਉਂਦੀ ਹੋਏਗੀ? ਹਾਂਜੀ ਜ਼ਰੂਰ ਆਉਂਦੀ ਹੈ, ਮੈਨੂੰ ਅੱਛਾ ਲੱਗਦਾ ਹੈ, ਦੇਖਦੇ ਨੇ ਕਿ ਬੜਾ ਕਨਵੀਨੀਅੰਟ ਹੈ ਕਿ ਤੁਸੀਂ ਉੱਥੇ ਗੁਰਦੁਆਰੇ ਤੋਂ ਨਿਕਲਦੇ ਹੋ, ਤੁਹਾਨੂੰ ਯਾਦ ਆਉਂਦੀ ਹੈ ਉਹ ਮੈਂ ਤਾਂ ਇਹ ਨਹੀਂ ਲਿਆ। ਕਿਸੇ ਨੇ ਕਿਹਾ ਕਿ ਸਾਡੇ ਕੋਲ ਚੀਜ਼ਾਂ ਹੈਗੀਆਂ ਨੇ, ਤੁਸੀਂ ਪੈਕ ਵੀ ਕਰ ਦੋਗੇ? ਅਸੀਂ ਪੈਕ ਵੀ ਕਰਦੇ ਹਾਂ, ਅਸੀਂ ਪੈਕ ਕਰਵਾ ਕੇ ਵੀ ਦਿੰਦੇ ਹਾਂ, ਅਸੀਂ ਖੁਦ ਵੀ ਪੈਕ ਕਰਦੇ ਹਾਂ, ਦੇਖੋ ਇਹ ਸਾਡੀ ਪੈਕਿੰਗ ਹੈਗੀ ਹੈ, ਸਾਰੀਆਂ ਚੀਜ਼ਾਂ ਕੁਆਰਤੋਤੀ ਦਾ ਸਮਾਨ ਹੈ। ਇਸ ਪੈਕਿੰਗ ਦੇ ਵਿੱਚ ਮੈਂ ਵੇਖ ਪਾ ਰਿਹਾ ਚੂੜਾ ਵੀ ਹੈਗਾ, ਬਿੰਦੀ ਵੀ ਹੈਗੀ ਹੈ, ਲਾੜੀ ਦਾ ਸਾਰਾ ਸਮਾਨ ਹੈ, ਯਾਨੀ ਕਿ ਦੁਲਹਨ ਦਾ ਸਾਰਾ ਸਮਾਨ ਹੈ। ਹਾਂਜੀ, ਇਹ ਜਿਸ ਤਰ੍ਹਾਂ ਕੁਆਰਤੋਤੀ ਦੇ ਦੇਣ ਜਾਂਦੇ ਨੇ ਕੁੜੀ ਨੂੰ, ਔਰ ਇਹ ਸ਼ਿੰਗਾਰ ਦਾ ਸਾਰਾ ਸਮਾਨ ਹੈਗਾ, ਚੂੜੀਆਂ, ਗਾਨੇ, ਪਰਾਂਦੀ, ਬਿੰਦੀ, ਸਾਰਾ ਕੁਝ ਹੈਗਾ। ਮਤਲਬ ਜਦ ਕਿਸੇ ਦਾ ਰੋਕਾ ਹੋਇਆ ਜਾਂ ਤੁਸੀਂ ਜਿਹੜੀ ਕੁੜੀ ਪਸੰਦ ਕਰ ਲਈ, ਦੇਖ ਲਓ ਕਾਕੋ, ਜਿਹੜਾ ਤੁਸੀਂ ਪੈਸਾ ਬਚਾਉਂਦੇ ਪਏ ਹੋ ਆਪਣੀ ਮੁਟਿਆਰ ਦੇ ਲਈ, ਸਮਾਨ ਲੈ ਸਕਦੇ ਹੋ ਮਿੰਨੀ ਚੱਡਾ ਤੋਂ। ਔਰ ਜਿਹੜੇ ਮਾਪਿਓ ਇਸ ਟਾਈਮ ਵੇਖ ਪਾ ਰਹੇ ਨੇ ਮੈਨੂੰ, ਔਰ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਦੇ ਘਰ ਦੇ ਵਿੱਚ ਵਿਆਹ ਹੈਗਾ, ਉਹ ਵੀ ਤੁਸੀਂ ਵੇਖੋ ਕਿ ਤੁਹਾਨੂੰ ਹੁਣ ਟੈਨਸ਼ਨ ਲੈਣ ਦੀ, ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ, ਹਾਏ ਨਹੀਂ ਹਾਏ ਵਿਆਹ ਆ ਗਿਆ ਹੁਣ ਕੀ ਕਰੀਏ। ਵਿਆਹ ਆ ਗਿਆ, ਧਿਆਨ 'ਚ ਰੱਖੋ, ਇਹ ਥੱਲੇ ਜਿਹੜਾ ਨੰਬਰ ਚੱਲ ਰਿਹਾ ਨਾ ਮਿੰਨੀ ਚੱਡਾ ਦਾ, ਕਾਲ ਕਰ ਦਿਓ ਇੱਕ ਵਾਰੀ ਮੁੜ ਕੇ ਕਿ ਮਿੰਨੀ ਸਾਡੇ ਘਰ 'ਚ ਵਿਆਹ ਪਲਾਨ ਕਰ, ਤੁਸੀਂ ਵੈਡਿੰਗ ਪਲੈਨਿੰਗ ਵੀ ਕਰਦੇ ਮੈਂ ਸੁਣਿਆ। ਵੈਡਿੰਗ ਪਲੈਨਿੰਗ, ਹਾਂਜੀ, ਥੋੜ੍ਹਾ ਜਿਹਾ ਟਾਈਮ ਦਾ ਥੋੜ੍ਹਾ ਜਿਹਾ ਹੋ ਜਾਂਦਾ, ਮੈਂ ਕਰਦੀ ਹਾਂ, ਕੋਈ ਕੁਛ ਕਹਿੰਦਾ ਤੇ ਯੂ ਨੋ ਲਾਈਕ ਉਸ ਅਕੋਰਡਿੰਗ। ਜੇ ਕਿਸੇ ਨੂੰ ਕੇਟਰਿੰਗ ਵਾਲਾ ਚਾਹੀਦਾ ਹੋਏ ਤਾਂ ਮੈਂ ਢੋਲ ਵਾਲਾ ਦਾ ਤੁਹਾਡੇ ਨਾਲ ਮੈਂ ਮਿਲਵਾਤਾ। ਹਾਂਜੀ, ਕੇਟਰਿੰਗ ਵਾਲੇ ਵੀ ਸਾਡੇ ਕੋਲ ਹੈਗੇ ਨੇ, ਸਾਡੇ ਕੋਲ ਤੁਸੀਂ ਮਿਲਣੀ ਤੇ ਫਰੈਸ਼ ਫਲਾਵਰ ਬਣਾਉਣਾ ਚਾਹੁੰਦੇ ਸਾਡੇ ਕੋਲ ਉਹ ਵੀ ਹੈਗੇ ਨੇ, ਅਸੀਂ ਉਹ ਵੀ ਪ੍ਰੋਵਾਈਡ ਕਰਦੇ ਹਾਂ। ਹੋਮਮੇਡ ਮਿਠਾਈ ਵੀ ਅਸੀਂ ਕਰਦੇ ਹਾਂ, ਜਿਸ ਤਰ੍ਹਾਂ ਖਾਸ ਕਿਸੇ ਨੇ ਕਿਹਾ ਕਿ ਨਹੀਂ ਸਾਨੂੰ ਇਸੇ ਟਾਈਪ ਦੀ ਕਿਉ ਕਾਟ ਜਾਂ ਜੋ ਵੀ ਮਿੱਠਾ ਕਾਟ ਪਾਣਾ ਹੈ, ਜੋ ਵੀ ਤੁਹਾਡੀ ਰਿਕੁਆਇਰਮੈਂਟ, ਸ਼ੂਗਰ ਫ੍ਰੀ ਮਿਠਾਈ। ਹਾਂਜੀ, ਸ਼ੂਗਰ ਫ੍ਰੀ ਮਿਠਾਈ ਵੀ ਬਣਾਉਣੇ ਆ, ਇੱਕ ਜੋ ਕਿਸੇ ਦੀ ਰਿਕੁਆਇਰਮੈਂਟ ਹੈ ਅਸੀਂ ਉਸ ਤਰ੍ਹਾਂ ਦੀ ਵੀ ਮਿਠਾਈ ਵੀ ਬਣਵਾ ਦਿੰਦੇ ਹਾਂ। ਅਤੇ ਦੋਸਤੋ, ਤੁਸੀਂ ਵੇਖ ਪਾ ਰਹੇ ਹੋ ਕਿ ਕਾਫੀ ਇੰਸਪਾਇਰਿੰਗ ਹੈਗਾ ਇਹ ਜਿਹੜਾ ਮੁਕਾਮ ਹਾਸਿਲ ਕੀਤਾ ਮਿੰਨੀ ਚੱਡਾ ਨੇ, ਕਿਸ ਤਰੀਕੇ ਨਾਲ ਇਹ ਮੁਕਾਮ ਹਾਸਿਲ ਕੀਤਾ, ਕੀ ਹੈ ਇਹਨਾਂ ਦੀ ਸਕਸੈਸ ਸਟੋਰੀ, ਔਰ ਕਿਵੇਂ ਬਣੀ ਮਿੰਨੀ ਚੱਡਾ ਸਕਸੈਸਫੁਲ ਐਂਟਰਪ੍ਰੀਨੋਰ, ਔਰ ਜਿਸ ਤਰੀਕੇ ਨਾਲ ਇਹਨਾਂ ਨੇ ਆਪਣਾ ਬਿਜ਼ਨਸ ਸ਼ੁਰੂ ਕੀਤਾ, ਵਾਕਈ ਰੱਬ ਇਹਨਾਂ ਨੂੰ ਹੋਰ ਅੱਗੇ ਲੈ ਕੇ ਜਾਏਗਾ, ਕਿਉਂਕਿ ਮੈਂ ਵੇਖ ਪਾ ਰਿਹਾ ਇਹਨਾਂ ਦੇ ਅੰਦਰ ਉਹ ਫਾਇਰ ਜੋ ਕਿ ਹੋਣੀ ਚਾਹੀਦੀ ਹੈ ਇੱਕ ਐਂਟਰਪ੍ਰੀਨੋਰ ਦੇ ਅੰਦਰ ਐਜ਼ ਐਨ ਵੁਮੈਨ ਐਂਟਰਪ੍ਰੀਨੋਰ। ਕੀ ਹੈ ਸਕਸੈਸਫੁਲ ਸਟੋਰੀ, ਜਾਣਨ ਦੀ ਕੋਸ਼ਿਸ਼ ਕਰਾਂਗੇ ਇੱਕ ਨਿੱਕੇ ਜੇ ਵਕਫੇ ਤੋਂ ਬਾਅਦ। ਮਿੰਨੀ ਦੇ ਸ਼ੋਰੂਮ ਦੇ ਵਿੱਚ ਆ ਕੇ ਦੁਪੱਟਿਆਂ ਦੀ ਬੇਸ਼ੁਮਾਰ ਤੁਸੀਂ ਵੇਖ ਸਕਦੇ, ਬੇਸ਼ੁਮਾਰ ਦੁਪੱਟੇ ਇੱਥੇ ਪਏ ਨੇ, ਅਤੇ ਜਿਹੜੇ ਗਾਹਕ ਨੇ ਉਹ ਵੀ ਖਰੀਦ ਰਹੇ ਨੇ। ਹਾਂਜੀ, ਕੀ ਨਾਮ ਸਭ ਤੋਂ ਪਹਿਲਾਂ ਤੁਹਾਡਾ? ਮੇਰਾ ਨਾਮ ਜੋਤੀ ਹੈ ਜੀ। ਜੋਤੀ, ਕੀ ਲਿਆ ਤੁਸੀਂ ਇਹਨਾਂ ਤੋਂ, ਔਰ ਕਦੋਂ ਆ ਰਹੇ ਹੋ ਮਿੰਨੀ ਦੇ ਸ਼ੋਰੂਮ ਦੇ ਵਿੱਚ? ਮਿੰਨੀ ਕੇ ਪਾਸ ਪਿਛਲੇ 3 ਸਾਲੋਂ ਸੇ ਆਤੇ ਹੂੰ, ਤੋ ਜੋ ਵੀ ਮਿੰਨੀ ਕੇ ਪਾਸ ਕਲੈਕਸ਼ਨ ਹੋਤੀ ਹੈ ਇਟਸ ਆਲ ਐਕਸਕਲੂਸਿਵ, ਤੋ ਬਹੁਤ ਅੱਛੀ ਕਲੈਕਸ਼ਨ ਰੱਖਤੀ ਹੈ ਇਹ, ਵੈਰੀ ਰੀਜ਼ਨੇਬਲ ਐਂਡ ਆਈ ਥਿੰਕ ਦ ਬੈਸਟ collection you could find in all over Long Island in minis. ਇੱਕ ਹੋਰ ਇੱਥੇ ਗਾਹਕ ਪਹੁੰਚੇ ਹੋਏ ਨੇ ਜਿਹੜੇ ਲਗਾਤਾਰ ਸ਼ੋਪਿੰਗ ਕਰ ਰਹੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਨਾਮ? ਕੀ ਹਾਲ ਚਾਲ ਹੈ ਜੀ? ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹਾਂਗਾ ਤੁਸੀਂ ਕਿੱਥੋਂ ਆਏ ਹੋ ਔਰ ਕਿੰਨਾ ਟਾਈਮ ਹੋ ਗਿਆ ਮਿੰਨੀ ਦੇ ਸ਼ੋਰੂਮ 'ਚ ਤੁਹਾਨੂੰ ਆਉਂਦੇ ਹੋਏ? ਮੈਨੂੰ 4-5 ਸਾਲ ਹੋ ਗਏ ਨਾ। 4-5 ਸਾਲ ਤੋਂ ਤੁਸੀਂ ਮਿੰਨੀ ਦੇ ਸ਼ੋਰੂਮ ਆ ਰਹੇ ਹੋ, ਅਤੇ ਕੀ ਖਰੀਦਣ ਆਏ ਹੋ ਅੱਜ? ਬਸ ਸੂਟ। ਸੂਟ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਨਾਮ? ਸਤਿ ਸ਼੍ਰੀ ਅਕਾਲ, ਨਤਾਸ਼ਾ। ਨਤਾਸ਼ਾ, ਕੀ ਲੈਣ ਆਏ ਹੋ ਇੱਥੇ? ਬਸ ਮੈਂ ਪਾਰਟੀ ਕੇ ਲਈ ਢੂੰਡ ਰਹੀ ਥੀ, ਤੋ ਮਮਾ ਨੇ ਬਤਾਇਆ ਕਿ ਯਹਾਂ ਪਰ ਵੈਡਿੰਗ ਕਟੋਰ ਮੇ ਬਹੁਤ ਅੱਛੇ ਪੀਸਿਸ ਹੈ, ਤੋ ਆਓ। ਤੋ ਮੇਰੀ ਪਹਿਲੀ, ਇਟਸ ਮਾਈ ਫਰਸਟ ਟਾਈਮ, ਆਈ ਲਵ ਇਟ। ਯੂ ਲਵ ਇਟ? ਆਈ ਲਵ ਐਵਰੀ, ਲਾਈਕ ਦ ਸਰਵਿਸ ਇਜ਼ ਐਕਸਲੈਂਟ, ਦ ਵੈਰਾਈਟੀ ਆਫ ਥਿੰਗ, ਦੇਰ ਇਜ਼ ਨਥਿੰਗ ਦੈਟ ਆਈ ਡੋਨਟ ਲਾਈਕ, ਲਾਈਕ ਇਟਸ। ਮੈਂ ਤੁਹਾਨੂੰ ਦੱਸ ਦੇਵਾਂ ਕਿ
जी कहने का भाव है कि तुहानू इत्थे जिहड़ा यूथ है वह भी मिलेगा, मतलब यानी कि जिहड़ा एथनिक वीयर तुसी पाउंदे हो घर दे विच और तुसी तुहानू लगता है कि अज विआह हैगा या फिर मैं किसी पार्टी दे विच जाना है तो तुसी इत्थे आके एथनिक वीयर जिहड़ा वह भी लै सकते हो। तो तुसी एक कह रहे कि वाओ फैक्टर हैगा जी, हर चीज में वाओ फैक्टर है, वाओ फैक्टर हैगा, यस इट फिट्स ऑल योर नीड्स, लाइक यंग पीपल कैन कम हियर एंड दे आर गोना लव इट। मैं क्या जी जुत्ती पटियाले दी आ लाहौर दियां बाड़ियां ਅੱਖਾਂ 'ਚ ਪਾਊਡਰ ਗਣਦਾ ਲੋਡਿਡ ਦੁਲਾਲੀਆ। ਇੰਦਰਾ ਕੀ ਹਾਲ ਹੈ, ਠੀਕ ਹੋ? ਅੱਛਾ ਇੰਦਰਾ ਆਹ ਕੀ ਰੱਖਿਆ ਹੋਇਆ ਤੁਸੀਂ ਬੋਕਸ, ਬਹੁਤ ਬਾਕਮਾਲ ਲੱਗ ਰਿਹਾ। ਹਾਂਜੀ ਇਹ ਬਹੁਤ ਸੋਹਣਾ ਸ਼ਿੰਗਾਰ ਬੋਕਸ ਹੈ ਸਾਡੇ ਕੋਲ ਐਂਡ ਇਹਦੇ ਵਿੱਚ ਸਾਈਜ਼ ਵੀ ਹੈ ਸਾਡੇ ਕੋਲ ਐਂਡ ਇਹ ਤੁਸੀਂ ਆਪਣਾ ਡਰੈਸਿੰਗ ਟੇਬਲ 'ਤੇ ਰੱਖ ਸਕਦੇ ਹੋ, ਕੁਛ ਵੀ ਸਜਾ ਸਕਦੇ ਹੋ ਇਹਦੇ ਵਿੱਚ ਰੱਖ ਸਕਦੇ ਹੋ, ਆਪਣੀ ਜੂਲਰੀ ਰੱਖ ਸਕਦੇ ਹੋ, ਆਪਣੇ ਮੇਕਅਪ ਦਾ ਸਮਾਨ ਰੱਖ ਸਕਦੇ ਹੋ। ਇਟਸ ਆਲ ਪਰਪਸ ਪਲੱਸ ਇਟਸ ਅ ਸ਼ੋ ਪੀਸ ਟੂ। ਤੁਹਾਡੇ ਕੋਲ ਅਜਿਹੇ ਹੋਰ ਵੀ ਬੋਕਸਿਸ ਹੈਗੇ ਆ ਸ਼ਿੰਗਾਰ ਬੋਕਸ ਸਾਡੇ ਕੋਲ? ਹਾਂਜੀ ਡਿਫਰੈਂਟ ਡਿਫਰੈਂਟ ਹੈਗੇ ਨੇ, ਹੋਰ ਵੀ ਸਾਡੇ ਕੋਲ ਦੂਸਰੇ ਬੋਕਸਿਸ ਐਂਡ ਮਿਠਾਈ ਬੋਕਸਿਸ, ਗੁੱਡੀ ਬੋਕਸਿਸ, ਡਿਫਰੈਂਟ ਬੋਕਸਿਸ ਐਂਡ ਪਾਊਚਸ। ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਮਿੰਨੀ ਚੱਡਾ ਦੀ ਥੋੜ੍ਹੀ ਜਿਹੀ ਇਨਵੈਸਟੀਗੇਟ ਕਰਨ ਦੀ ਕਿ ਮਿੰਨੀ ਚੱਡਾ ਅਤੇ ਐਂਟਰਪ੍ਰੀਨਿਓਰ ਤਾਂ ਹੈਗੇ ਨੇ, ਜਿੱਥੇ ਇੱਕ ਐਂਟਰਪ੍ਰੀਨਿਓਰ ਸਮਾਜਿਕ ਹੁੰਦਾ, ਧਾਰਮਿਕ ਹੁੰਦਾ ਅਤੇ ਨਾਲ ਹੀ ਉਹ ਪਰਿਵਾਰਕ ਵੀ ਹੁੰਦਾ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਮਿੰਨੀ ਚੱਡਾ ਕਿਵੇਂ ਨਿਭਾਉਂਦੇ ਨੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੇਰੇ ਨਾਲ ਉਹਨਾਂ ਦੀ ਡਾਟਰ ਮੌਜੂਦ ਹੈ। ਇਹ ਹਾਏ ਵਟਸਅਪ, ਹਾਊ ਆਰ ਯੂ? ਆਈ ਐਮ ਗੁੱਡ ਐਂਡ ਯੂਰਸੈਲਫ? ਵੈਰੀ ਨਾਈਸ, ਵਾਟਸ ਯੂਰ ਨੇਮ? ਨੈਨਾ। ਨੈਨਾ, ਸੋ ਵੀ ਆਰ ਹੇਅਰ ਫੋਰ ਸਮ ਇਨਵੈਸਟੀਗੇਸ਼ਨ ਅਬਾਊਟ ਯੂਰ ਮੋਮ, ਸੋ ਟੈਲ ਮੀ ਸਮਥਿੰਗ ਅਬਾਊਟ ਮਿੰਨੀ, ਸੋ ਹਾਊ ਐਜ਼ ਐਨ ਮਦਰ ਵਾਟ ਯੂ ਵਾਂਟ ਟੂ ਸੇ ਐਜ਼ ਐਨ ਅਬਾਊਟ ਮਿੰਨੀ ਚੱਡਾ ਐਜ਼ ਐਨ ਮਦਰ? ਇਫ ਆਈ ਹੈਡ ਟੂ ਡਿਸਕ੍ਰਾਈਬ ਮੋਮ, I would say that she is a very strong, independent, and very beautiful woman. She's endured a whole lot throughout life, and I think that it shows through her business, where she brings life and color to things that she's passionate about, which is like, you know, these little trinkets and whatnot that bring her a lot of happiness. So I would describe mom to be a great person and very vibrant. ਵੈਸੇ ਮੈਨੂੰ ਲੱਗਦਾ ਇਹਨਾਂ ਨੂੰ ਸ਼ੋਪਿੰਗ ਦੀ ਲੋੜ ਤਾਂ ਨਹੀਂ ਪੈਂਦੀ ਹੋਏਗੀ, ਤੁਹਾਨੂੰ ਸ਼ੋਪਿੰਗ ਦੀ ਲੋੜ ਤਾਂ ਨਹੀਂ ਪੈਂਦੀ ਹੋਏਗੀ, ਸਾਰਾ ਸਮਾਨ ਤੁਹਾਨੂੰ ਆਪਣੇ ਘਰ ਆਪਣੇ ਦੁਕਾਨ 'ਚ ਹੀ ਮਿਲ ਜਾਂਦਾ ਹੋਏਗਾ। ਐਬਸੋਲੂਟਲੀ, ਜਦੋਂ ਵੀ ਕੁਛ ਚਾਹੀਦਾ ਹੁੰਦਾ ਫਾਰ ਪਾਰਟੀਜ਼ ਔਰ ਐਨੀਥਿੰਗ ਲਾਈਕ ਦੈਟ, ਵੀ ਆਲਵੇਜ਼ ਜਸਟ, ਦਿਸ ਇਜ਼ ਆਰ ਵਨ ਸਟਾਪ ਸ਼ਾਪ। ਅੱਛਾ, ਤੇ ਜਿਵੇਂ ਹੁਣ ਤੁਹਾਡੇ ਫਰੈਂਡਸ ਨੇ ਉਹ ਵੀ ਘਰ ਦੇ ਵਿੱਚ ਆਉਂਦੇ ਨੇ, ਹੈ ਨਾ, ਤੁਹਾਡੇ ਜਿਹੜਾ ਫਰੈਂਡ ਸਰਕਲ ਹੈ, ਅਤੇ ਘਰ ਦੇ ਵਿੱਚ ਆ ਕੇ ਜਦ ਤੁਸੀਂ ਹੁੜਦੰਗ ਕਰਦੇ ਹੋ, ਹੈ ਨਾ, ਆਪਾਂ ਜਿਹੜੇ ਯੂਥ ਹੈਗੇ ਹੁੜਦੰਗ ਕਰਦੇ ਹਾਂ, ਅਤੇ ਐਜ਼ ਐਨ ਮਦਰ ਕਦੀ ਕਦਾਰ ਡਾਂਟ ਦਿੰਦੇ ਨੇ? Usually, but then she'll join in. She's a very, like I said, she's a very fun person, so she usually joins in. Okay, so do you also tell your friends to come and shop from here? 1000%. I actually work in a salon, and all my clients usually come to mom for any of their things, jewelry related, clothing related, wedding related items mainly. But yeah, they're usually here. Okay, so you are also a hairdresser, right? Yeah. That's cool. Yeah. So what is your future plans and what message you want to deliver to the youth as of now? As of right now, my future plans are to just keep working hard. Mm. I do what I would, the message I would give to our youth is to consistency is key, and that if you're going to pursue a goal, focus and just don't let side distractions get to you too much, and just make sure that you're just looking forward. That's your eyes should always be on the prize. Mini Chadda di success story, kive bane Mini Chadda successful, aur assi women empowerment di gal karde ha, women entrepreneurs di gal karde ha. Aj bahut khushi ho rahi hai ki Jas Punjabi de utte vi assi ek women entrepreneur nu tuhade samne leke aa rahe ha aur dassan di koshish kar rahe ha ki aakhirkar unna ne jehdi safalta kive hasil kiti. Te Mini, hun main tuhade to janna chahwanga, is time tuhanu North America de vich viewers vekh rahe ne aur kaiyan de mann de vich hunda ki assi is kam nu kariye aur ਤੁਸੀਂ 3-4 ਸਾਲ ਤੋਂ ਇਸ ਕੰਮ ਨੂੰ ਕਰ ਰਹੇ ਹੋ, ਅਤੇ ਤੁਹਾਡੇ ਜ਼ਿਹਨ ਦੇ ਵਿੱਚ ਕਿਵੇਂ ਆਇਆ ਕਿ ਤੁਸੀਂ ਇਸ ਕੰਮ ਨੂੰ ਕਰਨਾ, ਤੁਸੀਂ ਰੈਸਟੋਰੈਂਟ ਨਹੀਂ ਕਰਨਾ ਜਾਂ ਫਿਰ ਅੱਜ ਕੱਲ੍ਹ ਜਿਹੜੇ ਹੋਰ ਹੇਅਰ ਮੇਕਅਪ ਹੋ ਗਿਆ ਜਾਂ ਫਿਰ ਜਿਹੜੇ ਦੂਜੇ ਜੋ ਕੰਮ ਕਰਦੀਆਂ, ਹੈ ਨਾ, ਵੁਮੈਨਸ, ਲੇਕਿਨ ਤੁਹਾਡੇ ਜ਼ਿਹਨ ਦੇ ਵਿੱਚ ਕਿਵੇਂ ਆਇਆ ਕਿ ਮੈਨੂੰ ਇਹ ਕੰਮ ਕਰਨਾ? ਇਹ ਕੰਮ ਇੱਕ ਤਾਂ ਮੈਨੂੰ ਸ਼ੌਂਕ ਸੀ ਇਸ ਚੀਜ਼ ਦਾ ਬਹੁਤ, ਔਰ ਆਮ ਆਲਸੋ ਕ੍ਰੀਏਟਿਵ, ਮੈਂ ਕ੍ਰੀਏਟ ਕਰਦੀ ਹਾਂ ਚੀਜ਼ਾਂ, ਸੋ ਮੈਨੂੰ ਸੀ ਕਿ ਉਹਦੇ ਕਲਰਫੁੱਲ ਚੀਜ਼ਾਂ ਨੇ, ਯੂ ਨੋ, ਲਾਈਕ ਕਲਰਫੁੱਲ ਤੁਹਾਡੀ ਜ਼ਿੰਦਗੀ 'ਚ ਕਲਰ ਹੋਰ ਲੈ ਕੇ ਆਉਂਦੇ, ਰਾਈਟ? ਸੋ ਬਸ ਦੇਖ ਕੇ ਦਿਲ ਕਰ ਆਇਆ ਕਿ ਇਹ ਚੀਜ਼ ਕਰਨੀ ਚਾਹੀਦੀ ਔਰ ਉਹ ਚੀਜ਼ ਕਰਨੀ ਚਾਹੀਦੀ ਕਿ ਜਿਹੜੀ ਕਿਸੇ ਨੇ ਨਾ ਕੀਤੀ ਹੋਵੇ।
ਇੰਡੀਆ ਜਿਵੇਂ ਅਸੀਂ ਮੰਨਦੇ ਕਿ ਤਿਉਹਾਰਾਂ ਦਾ ਮੇਲਾ ਲੱਗਦਾ ਇੰਡੀਆ ਦੇ ਵਿੱਚ, ਹੈ ਨਾ, ਔਰ ਉਹ ਜਿਹੜੇ ਸਾਡੇ ਪੰਜਾਬੀ ਨੇ ਜਿਵੇਂ ਸਾਡੇ ਹੋਰ ਵੀ ਭਾਈਚਾਰੇ ਦੇ ਲੋਕ ਨੇ, ਚਾਹੇ ਉਹ ਇੰਡੀਆ ਤੋਂ ਦੂਰ ਦਰੇੜੇ ਹੋਏ ਇੱਥੇ ਆ ਕੇ ਵਸੇ ਨੇ, ਉਹਨਾਂ ਦੇ ਵੀ ਮਨ ਦੇ ਵਿੱਚ ਹੁੰਦਾ ਕਿ ਅਸੀਂ ਆਪਣੇ ਤਿਉਹਾਰਾਂ ਨੂੰ ਮਨਾਈਏ, ਅਤੇ ਖਾਸ ਤੌਰ 'ਤੇ ਹੋਲੀ, ਦਿਵਾਲੀ, ਹੁਣ ਆਉਣ ਵਾਲੇ ਸਮੇਂ 'ਚ ਦਿਵਾਲੀ ਆਉਣ ਵਾਲੀ ਹੈ, ਕਰਵਾ ਚੌਥ ਆਉਣ ਵਾਲਾ, ਅਤੇ ਉਹਦੇ ਲਈ ਤੁਹਾਡੇ ਕੀ ਪਲੈਨਸ ਨੇ? ਸਾਡੇ ਦਿਵਾਲੀ ਵਾਸਤੇ ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਨੇ, ਅਸੀਂ ਉਹਨੂੰ ਉਸ ਚੀਜ਼ ਨੂੰ ਵੀ ਧਿਆਨ ਰੱਖ ਕੇ ਕਰ ਰਹੇ ਹਾਂ, ਕਾਫੀ ਚੀਜ਼ਾਂ ਆਉਣ ਵਾਲੀਆਂ ਨੇ, ਕਾਫੀ ਚੀਜ਼ਾਂ ਆਉਣ ਗਈਆਂ ਵੀ, ਔਰ ਕਰਵਾ ਚੌਥ 'ਤੇ ਸਾਡੇ ਕੋਲ ਥਾਲੀਆਂ ਆਉਂਦੀਆਂ ਨੇ ਬਹੁਤ ਸੋਹਣੀਆਂ ਸੋਹਣੀਆਂ ਕਿ ਜਿਹੜੀ ਤੁਹਾਨੂੰ ਕਿਧਰੇ ਵੀ ਨਹੀਂ ਮਿਲੇਗੀ ਉਹ ਚੀਜ਼, ਔਰ ਡੈਕੋਰੇਸ਼ਨ ਪੀਸਿਸ ਅਸੀਂ ਕਰਦੇ ਹਾਂ, ਮਤਲਬ ਦ ਨੇਮ ਯੂ ਹੈਵ ਇਟ ਆਈ ਹੈਵ ਇਟ, ਦ ਯੂ ਨੇਮ ਇਟ ਆਈ ਹੈਵ ਇਟ। ਮਿਨੀ, ਚਲੋ ਅਸੀਂ ਮੰਨਿਆ ਕਿ ਤੁਸੀਂ ਇੱਕ ਐਂਟਰਪ੍ਰੀਨੋਰ ਤਾਂ ਹੋ, ਲੇਕਿਨ ਉਸ ਤੋਂ ਪਹਿਲਾਂ ਤੁਸੀਂ ਮਦਰ ਵੀ ਹੋ, ਔਰ ਤੁਸੀਂ ਘਰ ਵੀ ਤੁਹਾਨੂੰ ਸੰਭਾਲਣਾ ਹੁੰਦਾ ਹੈ, ਬੱਚਿਆਂ ਨੂੰ ਵੀ ਸੰਭਾਲਣਾ ਹੁੰਦਾ, ਅਤੇ ਆਪਣੀ ਨਿੱਜੀ ਜ਼ਿੰਦਗੀ ਤੋਂ ਟਾਈਮ ਕੱਢ ਕੇ ਤੁਸੀਂ ਬਿਜ਼ਨਸ ਦੇ ਉੱਤੇ ਤੁਸੀਂ ਜਿਵੇਂ ਲਾਉਂਦੇ ਹੋ, ਅਤੇ ਉਹਨਾਂ ਮਹਿਲਾਵਾਂ ਨੂੰ, ਉਹਨਾਂ ਐਂਟਰਪ੍ਰੀਨੋਰਸ ਨੂੰ, ਉਹਨਾਂ ਯੂਥ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੀ ਨਿੱਜੀ ਲਾਈਫ ਨੂੰ ਵੀ ਬੈਲੈਂਸ ਰੱਖ ਸਕਦੇ ਹੋ ਔਰ ਆਪਣੇ ਕੰਮ ਨੂੰ ਵੀ ਬੈਲੈਂਸ ਰੱਖ ਸਕਦੇ ਹੋ? ਕਿਉਂਕਿ ਮੈਨੂੰ ਵੇਖ ਕੇ ਖੁਦ ਆਪ ਬਹੁਤ ਅੱਛਾ ਲੱਗ ਰਿਹਾ ਕਿ ਤੁਸੀਂ ਇੰਨੇ ਵਧੀਆ ਸ਼ੋਰੂਮ ਨੂੰ ਵੀ ਸੰਭਾਲ ਰਹੇ ਹੋ, ਜ਼ਰੂਰ ਤੁਹਾਡੀ ਆਪਣੀ ਸੋਸ਼ਲ ਲਾਈਫ ਵੀ ਹੋਏਗੀ, ਤੁਹਾਡੀ ਆਪਣੀ ਆਪ ਪਰਸਨਲ ਲਾਈਫ ਵੀ ਹੋਏਗੀ। ਦੇਖੋ, ਜੇ ਕੁਛ ਵੀ ਕਰੋ, ਯੂ ਹੈਵ ਟੂ ਬੈਲੈਂਸ, ਕੁਛ ਵੀ ਘਰ ਵੀ ਸੰਭਾਲਣਾ ਹੈ, ਬੱਚੇ ਵੀ ਸੰਭਾਲਣੇ ਹੈ, ਕੰਮ ਵੀ ਕਰਨਾ ਹੈ, ਸੋ ਯੂ ਹੈਵ ਟੂ ਬੈਲੈਂਸ, ਦੈਟਸ ਇਟ। ਤੇ ਪ੍ਰਾਊਡ ਮੂਮੈਂਟ ਤੁਹਾਡੀ ਲਾਈਫ ਦੇ ਵਿੱਚ ਕਦ ਆਇਆ ਸੀਗਾ? ਜੇਕਰ ਮੈਂ ਪ੍ਰਾਊਡ ਮੂਮੈਂਟ ਦੀ ਗੱਲ ਕਰਾਂ, ਜਦ ਕੋਈ ਵੀ ਕੁਛ ਨੂੰ, ਕਿਸੇ ਚੀਜ਼ ਨੂੰ ਅਚੀਵ ਕਰਦਾ, ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਪ੍ਰਾਊਡ ਮੂਮੈਂਟ ਸੀਗਾ ਕਿ ਇਹ ਮੇਰਾ ਪ੍ਰਾਊਡ ਮੂਮੈਂਟ ਆ? ਯੂ ਨੋ, ਲਾਈਕ ਜੋ ਮੇਰੇ ਥੋਟ ਇਜ਼ ਸੀ ਕਿ ਮੈਂ ਇਹ ਕੰਮ ਕਰਨਾ ਹੈ, ਸੋ ਉਹ ਮੈਂ ਕ੍ਰੀਏਟ ਕੀਤਾ, ਉਹ ਮੈਂ ਮੇਰੀ ਬਣਾਈ ਹੋਈਆਂ ਚੀਜ਼ਾਂ ਲੋਕਾਂ ਨੂੰ ਪਸੰਦ ਆ ਰਹੀਆਂ ਨੇ। That's a proud moment. ਦੋਸਤੋ, ਮੈਨੂੰ ਇਹ ਗੱਲ ਬੜੀ ਅੱਛੀ ਲੱਗਦੀ ਹੈ ਕਿ ਜਦ ਕੋਈ ਗੱਲ ਕਰਦਾ ਹੈ ਕ੍ਰੀਏਟੀਵਿਟੀ ਦੀ, ਔਰ ਜਦ ਕ੍ਰੀਏਟੀਵਿਟੀ ਤੁਸੀਂ ਆਪਣੀ ਲਾਉਂਦੇ ਹੋ, ਤੁਸੀਂ ਕੁਛ ਹਟ ਕੇ ਬਣਾਉਂਦੇ ਹੋ, ਤਾਂ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਅੱਜ ਦੀ ਜਨਰੇਸ਼ਨ ਦੇ ਵਿੱਚ ਉਹਦਾ ਤੁਹਾਨੂੰ ਜਿਹੜਾ ਉਹਦਾ ਫਲ ਹੈ ਰੱਬ ਜ਼ਰੂਰ ਦਿੰਦਾ, ਔਰ ਕ੍ਰੀਏਟੀਵਿਟੀ ਦੇ ਸਦਕਾ ਹੀ ਤੁਸੀਂ ਆਪਣੇ ਜਿਹੜੇ ਮੁਕਾਮ ਹੈ, ਆਪਣੇ ਜਿਹੜੇ ਗੋਲਸ ਨੇ, ਉਹਨਾਂ ਨੂੰ ਵੀ ਅਚੀਵ ਕਰ ਸਕਦੇ ਹੋ। ਮਿਨੀ ਦੀ ਇਸ ਗੱਲ ਨੂੰ ਮੈਨੂੰ ਇਹ ਸਮਝ ਆਉਂਦਾ ਕਿ ਕ੍ਰੀਏਟਿਵ ਬੰਦਾ ਕਦੀ ਵੀ ਲਾਈਫ ਦੇ ਵਿੱਚ ਫੇਲ ਨਹੀਂ ਹੋ ਸਕਦਾ। ਅਤੇ ਮਿਨੀ, ਇੱਕ ਚੀਜ਼ ਮੈਂ ਤੁਹਾਡੇ ਤੋਂ ਹੋਰ ਪੁੱਛਣਾ ਚਾਹਾਂਗਾ, ਜੇਕਰ ਹੁਣ ਅਸੀਂ ਫਰੈਂਚਾਈਜ਼ੀ ਦੀ ਗੱਲ ਕਰੀਏ, ਵੈਡਿੰਗ ਕਠੋਰ ਜੋ ਕਿ ਹੇਕਸਵੈਲ ਦੇ ਵਿੱਚ ਹੈ, ਕਿ ਤੁਹਾਡੇ ਫਿਊਚਰ ਪਲਾਨਸ ਕੀ ਨੇ, ਤੁਸੀਂ ਕਿਸ ਤਰੀਕੇ ਨਾਲ ਵੇਖ ਰਹੇ ਹੋ ਕਿ ਤੁਸੀਂ ਹਰ ਸਟੇਟ ਦੇ ਵਿੱਚ ਚਾਹੁੰਦੇ ਹੋ ਕਿ ਇੱਦਾਂ ਹੋਏ, ਔਰ ਜੇਕਰ ਤੁਹਾਡੇ ਦਰਸ਼ਕ ਤੁਹਾਡੇ ਨਾਲ ਰਾਬਤਾ ਕਾਇਮ ਕਰਨਾ ਚਾਹੁੰਦੇ ਹੋਣ, ਉਹਨਾਂ ਨੂੰ ਫਰੈਂਚਾਈਜ਼ੀ ਚਾਹੀਦੀ ਹੋਏ ਜਾਂ ਫਿਰ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰਨਾ ਚਾਹੁੰਦੇ ਹੋਣ, ਐਸੈਸਰੀਜ਼ ਉਹਨਾਂ ਨੂੰ ਚਾਹੀਦੀਆਂ ਹੋਣ, ਤੁਸੀਂ ਕਿਸ ਤਰੀਕੇ ਨਾਲ ਇਹਨੂੰ ਮੈਨੇਜ ਕਰਦੇ ਹੋ? ਤੁਸੀਂ ਕੋਈ ਵੀ ਮੈਨੂੰ ਫੋਨ ਕਰ ਸਕਦੇ ਹੈ, ਲਾਈਕ ਯੂ ਨੋ ਮੈਨੂੰ ਇਤਨਾ ਸਮਾਨ ਚਾਹੀਦਾ ਹੈ, ਕਿਉਂਕਿ ਅਸੀਂ ਸ਼ਿਪ ਵੀ ਕਰ ਦਿੰਦੇ ਹਾਂ, ਯੂ ਨੋ ਜੋ ਵੀ ਉਹਨਾਂ ਨੂੰ ਚਾਹੀਦਾ, ਅਸੀਂ ਵਟਸਐਪ 'ਤੇ ਤੁਹਾਨੂੰ ਫੋਟੋਆਂ ਭੇਜ ਦਿੰਦੇ ਹਾਂ, ਈਮੇਲ ਕਰ ਦਾਂਗੇ, ਫੋਟੋਆਂ ਭੇਜ ਕੇ ਔਰ ਯੂ ਨੋ ਆਰਡਰ ਲੈ ਕੇ ਅਸੀਂ ਭੇਜ ਵੀ ਸਕਦੇ ਹਾਂ। ਅਤੇ ਦੋਸਤੋ, ਜਿਹੜਾ ਹੇਠ ਲਿਖਿਆ ਨੰਬਰ ਚੱਲ ਰਿਹਾ, ਇਹ ਮਿਨੀ ਚੱਡਾ ਦਾ ਨੰਬਰ ਹੈਗਾ, ਇਸ ਨੰਬਰ ਦੇ ਉੱਤੇ ਤੁਸੀਂ ਮਿਨੀ ਚੱਡਾ ਨੂੰ ਕਾਲ ਕਰਕੇ ਹੁਣੇ ਕਾਲ ਕਰੋ, ਔਰ ਜੇਕਰ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਕੁਐਰੀ ਹੈਗੀ ਹੈ, ਤੁਸੀਂ ਕੋਈ ਕੁਸ਼ਚਨ ਪੁੱਛਣਾ ਚਾਹੁੰਦੇ ਹੋ, ਤੁਹਾਡੇ ਘਰ ਦੇ ਵਿੱਚ ਵਿਆਹ ਹੈਗਾ ਜਾਂ ਤੁਸੀਂ ਆਪਣੀ ਵੈਡਿੰਗ ਨੂੰ ਪਲਾਨ ਕਰਨਾ, ਤਾਂ ਮਿਨੀ ਚੱਡਾ ਨਾਲ ਕਾਲ ਕਰਕੇ ਰਾਬਤਾ ਕਾਇਮ ਕਰ ਸਕਦੇ ਹੋ, ਔਰ ਤੁਸੀਂ ਆਪਣੇ ਜੇ ਫਰੈਂਚਾਈਜ਼ੀ ਵੀ ਖੋਲ੍ਹਣਾ ਚਾਹੁੰਦੇ ਹੋ, ਜੇਕਰ ਤੁਸੀਂ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਹਾਡਾ ਕੋਈ ਹੋਰ ਬਿਜ਼ਨਸ ਮੋਡਿਊਲ ਹੈਗਾ ਜੋ ਕਿ ਤੁਸੀਂ ਮਿਨੀ ਦੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ, ਅਤੇ ਜਿਹੜਾ ਹੇਠ ਲਿਖਿਆ ਨੰਬਰ ਚੱਲ ਰਿਹਾ ਨਾ, ਇਹੀ ਹੈਗਾ ਮਿਨੀ ਚੱਡਾ ਦਾ ਨੰਬਰ, ਜੋ ਵੀ ਮੈਂ ਵੀ ਬੜੀ ਮੁਸ਼ਕਲਾਂ ਨਾਲ ਆ ਕੇ ਇੱਥੇ ਆ ਕੇ ਲੱਭਿਆ ਔਰ ਤੁਹਾਨੂੰ ਦਿੱਤਾ। ਮਿਨੀ ਚੱਡਾ, ਇੱਕ ਚੀਜ਼ ਮੈਂ ਹੋਰ ਤੁਹਾਡੇ ਤੋਂ ਪੁੱਛਣਾ ਚਾਹਾਂਗਾ, ਇੱਕ ਸਵਾਲ ਮੇਰੇ ਜ਼ਿਹਨ ਦੇ ਵਿੱਚ ਹੋਰ ਸੀ ਕਿ ਜਿਹੜੀ ਅੱਜ ਕੱਲ੍ਹ ਦੀ ਯੂਥ ਹੈ, ਜਿਹੜੇ ਅੱਜ ਕੱਲ੍ਹ ਦੇ ਨਵੇਂ ਬੱਚੇ ਨੇ, ਉਹਨਾਂ ਨੂੰ ਵੀ ਬੜਾ ਸ਼ੌਕ ਹੁੰਦਾ ਹੈ ਕਿ ਇੱਕ ਫੈਸ਼ਨ ਡਿਜ਼ਾਇਨਿੰਗ ਦਾ ਅਸੀਂ ਕੋਰਸ ਕਰੀਏ, ਉਸ ਤੋਂ ਬਾਅਦ ਅਸੀਂ ਵੀ ਆਪਣਾ ਆਊਟਲੈਟ ਖੋਲੀਏ ਔਰ ਇਸੀ ਇੰਡਸਟਰੀ ਦੇ ਵਿੱਚ ਅੱਗੇ ਜਾਈਏ। ਅਤੇ ਐਜ਼ ਐਨ ਸਕਸੈਸਫੁਲ ਐਂਟਰਪ੍ਰੀਨੋਰ ਮੈਂ ਤੁਹਾਨੂੰ ਵੇਖ ਰਿਹਾ ਕਿ ਜਿਸ ਤਰੀਕੇ ਨਾਲ ਤੁਹਾਡੇ ਕੋਲ ਕਸਟਮਰਸ ਵੀ ਆਉਂਦੇ ਨੇ, ਜੇ ਤੁਹਾਡਾ ਕ੍ਰੀਏਟਿਵ ਆਈਡੀਆ ਵੀ ਹੈਗਾ, ਉਹਨਾਂ ਯੂਥ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਸਭ ਤੋਂ ਪਹਿਲੇ ਤੁਸੀਂ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ, ਯੂ ਨੋ, ਸਭ ਤੋਂ ਪਹਿਲੇ ਬਾਬਾ ਜੀ ਨੂੰ ਮੱਥਾ ਟੇਕ ਕੇ ਕੋਈ ਵੀ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤੁਸੀਂ, ਬਾਬਾ ਜੀ ਨੂੰ ਨਾਲ ਰੱਖੋ, ਮਿਹਨਤ ਕਰੋ, ਫੋਕਸ ਇਜ਼ ਦਾ ਮੋਸਟ ਇੰਪੋਰਟੈਂਟ, ਔਰ ਕ੍ਰੀਏਟਿਵ, ਤੁਸੀਂ ਜਿੰਨੇ ਕ੍ਰੀਏਟ ਕਰੋਗੇ ਆਪਣੀਆਂ ਚੀਜ਼ਾਂ, ਧਿਆਨ ਨਾਲ ਕਰੋ, ਖੁੱਲ੍ਹ ਕੇ ਕਰੋ, ਐਂਡ ਬੀ ਪੋਜ਼ਿਟਿਵ, ਦੈਟਸ ਇਟ। ਤੇ ਦੋਸਤੋ, ਤੁਸੀਂ ਵੇਖਿਆ ਕਿਸ ਤਰੀਕੇ ਨਾਲ ਮਿਨੀ ਚੱਡਾ ਨੇ ਆਪਣੀ ਗੱਲ ਕਹੀ, ਔਰ ਇਸ ਤੋਂ ਪਹਿਲਾਂ ਜਿਹੜੇ ਐਂਟਰਪ੍ਰੀਨੋਰਸ ਨਾਲ ਅਸੀਂ ਇੰਟਰਵਿਊ ਕੀਤਾ ਸੀਗਾ, ਬਿਜ਼ਨਸ ਆਫ ਦਾ ਵੀਕ ਕੀਤਾ ਸੀਗਾ, ਉਹਨਾਂ ਨੇ ਵੀ ਸਾਨੂੰ ਇਹੀ ਗੱਲ ਦੱਸੀ ਕਿ ਜਿਹੜਾ ਐਫਰਟ ਹੈ ਉਹ ਐਫਰਟ ਕਰਦੇ ਰਹੋ, ਔਰ ਤੁਹਾਡਾ ਜਿਹੜਾ ਐਫਰਟ ਉਹ ਜ਼ਰੂਰ ਕੰਮ ਆਊਗਾ, ਔਰ ਸਭ ਤੋਂ ਵੱਡੀ ਗੱਲ ਪੋਜ਼ਿਟਿਵ ਐਨਰਜੀ, ਪੋਜ਼ਿਟਿਵ ਮਾਇੰਡ ਰੱਖੋ ਜੇਕਰ ਤੁਸੀਂ ਬਿਜ਼ਨਸ ਦੇ ਵਿੱਚ ਅੱਗੇ ਵਧਣਾ ਹੈ, ਔਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਂ ਵੀ ਰਿਚੈਸਟ ਪਰਸਨ ਬਣਾ ਔਰ ਮੈਂ ਵੀ ਇੱਕ ਅੱਛਾ ਐਂਟਰਪ੍ਰੀਨੋਰ ਬਣਾ, ਤਾਂ ਮੈਨੂੰ
और अज दे इस बिजनेस ऑफ द वीक दे विच फिलहाल मैं तुहाड़े तो हुण इजाजत लेना चाहना क्योंकि असीं दिखाउण दी कोशिश कीती कि मिनी चड्डा दा शोरूम किवें है और मिनी चड्डा किवें काम करदे ने और सब तो अच्छी मैनूं गल लगी जिहड़ी असीं गल असीं लगातार कहने आ वूमेन एंटरप्रेन्योर दी वूमेन एम्पावरमेंट दी और वूमेन एंटरप्रेन्योर साडे नाल खड़े ने और महिला दी लई इह शक्ति भी बने ने कि जेकर तुसीं अपने ज़हन दे विच कुछ भी काम नूं पा लो या फिर डाल लो ਉਹ ਤੁਸੀਂ ਮੁਕਾਮ ਹਾਸਿਲ ਕਰ ਸਕਦੇ ਹੋ ਰੱਬ ਤੁਹਾਡੇ ਨਾਲ ਹੈ ਗੁਰੂ ਦੇ ਉੱਤੇ ਧਿਆਨ ਰੱਖੋ ਗੁਰੂ ਨੂੰ ਮੰਨੋ ਔਰ ਲਗਾਤਾਰ ਕਹਿੰਦੇ ਰਹੋ ਕਿ ਮੈਂ ਬਣਨਾ ਹੈ ਇੱਕ ਵਧੀਆ ਬਿਜ਼ਨਸ ਮੈਨ ਜਾਂ ਫਿਰ ਮੈਂ ਬਣਨਾ ਹੈ ਇੱਕ ਵਧੀਆ ਬਿਜ਼ਨਸ ਵੂਮੈਨ ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਨਹੀਂ ਮੈਨੂੰ ਹਰਕੀਰਤ ਸਿੰਘ ਆਹਲੂਵਾਲੀਆ ਅਤੇ ਸਾਡੇ ਡਾਇਰੈਕਟਰ ਪ੍ਰੋਗਰਾਮਿੰਗ ਦੀਪਕ ਧੀਮਾਨ ਨੂੰ ਦੋ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ ਲੇਕਿਨ ਤੁਸੀਂ ਕਿੱਥੇ ਨਾ ਜਾਇਓ ਵੇਖਦੇ ਰਹੋ ਜਸਟ ਪੰਜਾਬੀ ਦੇ ਉੱਤੇ ਖਬਰਾਂ ਦਾ ਸਿਲਸਿਲਾ ਗਾ ਪ੍ਰੋਗਰਾਮਿੰਗ ਦਾ ਸਿਲਸਿਲਾ ਬਦਸਤੂਰ ਜਾਰੀ ਹੈ ਸਤਿ ਸ਼੍ਰੀ ਅਕਾਲ।